ਦੇਖੋ এবিপি ਸੰਜਾ ਡਾਟਾਸਕਾਈ ਚੈਨਲ ਨੰਬਰ 19298 ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਕਿਉਂਕਿ ਉਹਨਾਂ ਦੀ ਫਿਰੋਜ਼ਪੁਰ ਦੇ ਵਿੱਚ ਰੈਲੀ ਸੀ ਪਰ ਉਹ ਰੈਲੀ ਰੱਦ ਕਰਕੇ ਵਾਪਸ ਗਏ ਸਵਾਲ ਉੱਠੇ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਵਰਤੀ ਗਈ ਹੈ ਇਲਜ਼ਾਮ ਲੱਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਹਾਲਾਂਕਿ ਜਵਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਦਿੱਤਾ ਕਿ ਕੋਈ ਖਾਮੀ ਨਹੀਂ ਸੀ ਕੋਈ ਕੁਤਾਹੀ ਨਹੀਂ ਵਰਤੀ ਗਈ ਸੀ ਪਰ ਇਹ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਕਿਉਂਕਿ ਸੁਰੱਖਿਆ ਦਾ ਜਿਹੜਾ ਕਾਰਨ ਦੱਸਿਆ ਜਾਂਦਾ ਸੁਰੱਖਿਆ ਦੇ ਵਿੱਚ ਝੁਕ ਹੁੰਦੀ ਹੈ ਇਸ ਮਸਲੇ ਤੇ ਆਪਾਂ ਚर्चा ਵੀ ਕਰਦਿਨੇ ਸਾਡੇ ਨਾਲ ਮੌਜੂਦ ਨੇ ਸੰਪਾਦਕ এবੀਪੀ ਸਾਜਾ ਦੇ ਜੋਗਿੰਦਰ ਪਟੇਲ ਸਰ ਕੀ ਮੰਨਿਆ ਜਾਵੇ ਕੀ ਕਾਰਨ ਰਹਿ ਕੇ ਉਹ ਕਹਿ ਰਹੇ ਨੇ ਕਿ ਅਜਿਹਾ ਕੁਝ ਵੀ ਨਹੀਂ ਸੀ ਕੋਈ ਕੁਤਾਈ ਨਹੀਂ ਵਰਤੀ ਗਈ ਉਦੋਂ ਬੀਜੇਪੀ ਵੱਡੇ ਵੱਡੇ ਇਲਜ਼ਾਮ ਲਗਾ ਰਹੀ ਹੈ ਦੇਖੋ ਇਸ ਪੂਰੇ ਇਨਸਟੈਂਸ ਨੂੰ ਸਮਝਣਾ ਪਏਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਪ੍ਰਾਈਮ ਮਿਨਿਸਟਰ ਨੂੰ ਆਪਣਾ ਦੌਰਾ ਪੂਰਾ ਕੀਤੇ ਬਿਨਾ ਵਾਪਸ ਰਸਤੇ 'ਚੋਂ ਮੋੜਨਾ ਗਿਆ ਇਹ ਸਾਡੇ ਲਈ ਸ਼ਰਮਨਾਕ ਗੱਲ ਹੈ ਵਜ੍ਹਾ ਜੋ ਵੀ ਹੈ ਉਹ ਅੱਗੇ ਅਸੀਂ ਲੱਭ ਲਾਂਗੇ ਲੇਕਿਨ ਪਹਿਲੀ ਗੱਲ ਇਹ ਹੈ ਕਿ ਉਹਨਾਂ ਨੂੰ ਵਾਪਸ ਨਹੀਂ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਦਾ ਔਰ ਉਹਨਾਂ ਦਾ ਦੌਰਾ ਪੂਰਾ ਕਰਵਾਉਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਹੈ ਕਿ ਸਟੇਟ ਗਵਰਨਮੈਂਟ ਨੂੰ ਇਹ ਦੌਰਾ ਕਿਵੇਂ ਪੂਰਾ ਕਰਨਾ ਹੈ ਇਹ ਸੋਚਣਾ ਚਾਹੀਦਾ ਸੀਗਾ ਅਗਰ ਸੈਂਟਰਲ ਦੀ ਏਜੰਸੀਆਂ ਡੀਲ ਕਰਦੀਆਂ ਪ੍ਰਾਈਮ ਮਿਨਿਸਟਰ ਦੇ ਸਾਰੇ ਦੌਰੇ ਨੂੰ ਲੈ ਕੇ ਤਾਂ ਵੀ ਇਹ ਫੁੱਲ ਪ੍ਰੂਫ ਅਰੇਂਜਮੈਂਟ ਹੋਣਾ ਚਾਹੀਦਾ ਸੀ ਕਿਉਂਕਿ ਇੱਕ ਹਫ਼ਤੇ ਤੋਂ ਇਹ ਲਗਾਤਾਰ ਇਨਪੁੱਟਸ ਹੀ ਸਾਡੇ ਕੋਲ ਵੀ ਸੀ ਏਜੰਸੀਆਂ ਕੋਲ ਵੀ ਸੀ ਪੁਲਿਸ ਕੋਲ ਵੀ ਸੀਗੇ ਕਿ ਕਿਸਾਨ ਨਾਰਾਜ਼ ਹੈ ਪ੍ਰਦਰਸ਼ਨ ਕਰ ਸਕਦੇ ਹਨ ਔਰ ਪਿਛਲੇ 24 ਘੰਟੇ ਤੋਂ ਇਸ ਗਲਤੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਔਰ ਪ੍ਰਦਰਸ਼ਨ ਫਿਰੋਜ਼ਪੁਰ ਦੇ ਆਊਟਰ ਰੋਡਾਂ ਤੇ ਹੋ ਵੀ ਰਹੇ ਸੀਗੇ ਰਾਤ 2:30 ਵਜੇ ਤੱਕ ਇਸ ਇਸ ਗਲਤੇ ਲੱਗੀ ਰਹੀ ਸਰਕਾਰ ਵੀ ਲੱਗੀ ਰਹੀ ਸਾਰੀ ਮਸ਼ੀਨਰੀ ਲੱਗੀ ਰਹੀ ਕਿ ਕਿਸ ਤਰ੍ਹਾਂ ਇਹਨਾਂ तमाम ਲੋਕਾਂ ਨੂੰ ਉਠਾ ਕੇ ਔਰ ਰੈਲੀ ਲਈ ਜਿਹੜਾ ਰਾਉ ਕਲੀਅਰ ਕਰਾਇਆ ਜਾਏ ਦੋ ਚੀਜ਼ਾਂ ਪਹਿਲੀ ਗੱਲ ਇਹ ਕਿ ਅਗਰ ਪ੍ਰਾਈਮ ਮਿਨਿਸਟਰ ਨਾ ਹੋਣਾ ਸੀ ਤੇ ਉਹਨਾਂ ਦੇ ਆਲਟਰਨੇਟਿਵ ਰੂਟ ਦਾ ਅਰੇਂਜਮੈਂਟ ਸੀ ਅਗਰ ਸੀ ਤਾਂ ਕੀ ਸੀਗਾ ਔਰ ਅਗਰ ਨਹੀਂ ਸੀ ਤਾਂ ਕਿਉਂ ਨਹੀਂ ਸੀ ਪਹਿਲੀ ਗੱਲ ਕਿਹਾ ਜਾ ਰਿਹਾ ਹੈ ਕਿ 10:30 ਵਜੇ ਹੈਲੀਕਾਪਟਰ ਦੇ ਜਰੀਏ ਉਹਨਾਂ ਨੇ ਬਠਿੰਡੇ ਤੋਂ ਫਿਰੋਜ਼ਪੁਰ ਜਾਣਾ ਸੀਗਾ ਪਹਿਲੇ ਹੁਸੈਨੀ ਵਾਲਾ ਬਾਰਡਰ ਜਾਣਾ ਸੀਗਾ ਹੁਸੈਨੀ ਵਾਲਾ ਬਾਰਡਰ ਤੋਂ ਬਾਅਦ ਉਹਨਾਂ ਨੇ ਸੈਟਲਾਈਟ ਸੈਂਟਰ ਪੀਜੀਆਈ ਦਾ ਬਣ ਰਿਹਾ ਜਿਹੜਾ ਉਹਦਾ ਉਦਘਾਟਨ ਕਰਨਾ ਸੀ ਫਿਰ ਰੈਲੀ ਕਰਨੀ ਸੀ ਫਿਰੋਜ਼ਪੁਰ ਚ ਵੱਡਾ ਸਵਾਲ ਇਹ ਹੈ ਕਿ ਅਗਰ ਹੈਲੀਕਾਪਟਰ ਨਹੀਂ ਜਾ ਪਾਏਗਾ ਔਰ ਮੌਸਮ ਖਰਾਬ ਹੈ ਅੱਜਕੱਲ ਤਾਂ ਇੰਨੇ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਤੇ ਰੋਡ ਦਾ ਰੂਟ ਔਰ ਉਹਦਾ ਆਲਟਰਨੇਟਿਵ ਰੂਟ ਜਿਹਨੂੰ ਕੰਟੀਜੈਂਸੀ ਪਲਾਨ ਕਹਿੰਦੇ ਆ ਅਕੋਰਡਿੰਗ ਟੂ ਬਲੂ ਬੁੱਕ ਉਹ ਕੀ ਸੀ ਅਗਰ ਸੀ ਤਾਂ ਕਿੱਥੇ ਕੀਤਾ ਗਿਆ ਸੀ ਔਰ ਅਗਰ ਨਹੀਂ ਸੀ ਤਾਂ ਕਿਉਂ ਨਹੀਂ ਕੀਤਾ ਗਿਆ ਅਗਰ ਉਹ ਸੈਂਟਰ ਦੀ ਏਜੰਸੀਆਂ ਦੀ ਮਰਜ਼ੀ ਨਾਲ ਨਹੀਂ ਕੀਤਾ ਗਿਆ ਸੀ ਤੇ ਸੈਂਟਰ ਦੀ ਏਜੰਸੀਆਂ ਦੇ ਅਫਸਰਾਂ ਨੂੰ ਜਿਹੜਾ ਹੈ ਉਹਦੀ ਜਵਾਬਦੇਹੀ ਫਿਕਸ ਹੋਣੀ ਚਾਹੀਦੀ ਹੈ ਔਰ ਅਗਰ ਸੈਂਟਰ ਦੀ ਏਜੰਸੀਆਂ ਨੇ ਕਿਹਾ ਸੀ ਔਰ ਸਟੇਟ ਵਾਲਿਆਂ ਨੇ ਉਹ ਅਰੇਂਜਮੈਂਟ ਨਹੀਂ ਕੀਤਾ ਸੀ ਤੇ ਫਿਰ ਸਟੇਟ ਦੇ ਅਫਸਰਾਂ ਦੀ ਸਿਕਿਉਰਿਟੀ 'ਚ ਜਿਹੜੇ ਤਮਾਮ ਮਾਮਲਾ ਲੱਗਾ ਹੋਇਆ ਸੀ ਉਹਦੀ ਰਿਸਪਾਂਸਿਬਿਲਿਟੀ ਫਿਕਸ ਹੋਣੀ ਚਾਹੀਦੀ ਹੈ ਬਟ ਸਵਾਲ ਇਹ ਹੈ ਕਿ ਇਸ ਪੂਰੀ ਘਟਨਾ ਤੋਂ ਬਾਅਦ ਜੋ ਸਿਆਸਤ ਹੋ ਰਹੀ ਹੈ ਔਰ ਪ੍ਰਾਈਮ ਮਿਨਿਸਟਰ ਦਾ ਸ਼ਾਇਦ ਹਿਸਟਰੀ 'ਚ ਪਹਿਲਾ ਦਰਾਹ ਹੋਇਗਾ ਜਿਹੜਾ ਬਿਨਾ ਪੂਰਾ ਕੀਤੇ ਹੀ ਉਹਨਾਂ ਨੂੰ ਅਧ ਵਿਚਾਲੇ ਜਿੱਦਾਂ ਕਹਿੰਦੇ ਨੇ ਆਦੇ ਰਸਤੇ ਤੋਂ ਮੁੜਨਾ ਪਿਆ ਔਰ ਜਾਂਦੇ ਜਾਂਦੇ ਉਹਨਾਂ ਨੇ ਜੋ ਕਿਹਾ ਕਿ ਬਟਿੰਡਾ 에ਰਪੋਰਟ ਤੇ ਉਹ ਸ਼ਾਇਦ ਪੰਜਾਬ ਲਈ ਪੰਜਾਬੀਆਂ ਲਈ ਇੱਕ ਸ਼ਰਮਨਾਕ ਗੱਲ ਹੈ ਇਹਨੂੰ ਸਾਨੂੰ ਆਪਣੇ ਅੰਦਰ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਿਉਂ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਅਗਰ ਹੋਇਆ ਕਿਦੀ ਗਲਤੀ ਹੈ ਕਿਦੀ ਨਹੀਂ ਉਹ ਅਸੀਂ ਬੈਸਟ ਜਜ ਨਹੀਂ ਆ ਉਹਦੇ ਲਈ ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਟੇਟ ਔਰ ਸੈਂਟਰ ਸਰਕਾਰਾਂ ਅਲੱਗ-ਅਲੱਗ ਪਾਰਟੀਆਂ ਦੀਆਂ ਬੰਨੀਆਂ ਸਭ ਕੁਝ ਨਵਾਂ ਹੈ ਲੇਕਿਨ ਪ੍ਰਾਈਮ ਮਿਨਿਸਟਰ ਸਾਰਿਆਂ ਦਾ ਸਾਂਝਾ ਹੁੰਦਾ ਹੈ ਪ੍ਰਾਈਮ ਮਿਨਿਸਟਰ ਕਿਸੇ ਪਾਰਟੀ ਕਿਸੇ ਸਟੇਟ ਕਿਸੇ ਇੱਕ ਸੂਬੇ ਦਾ ਨਹੀਂ ਹੁੰਦਾ ਉਹ ਸਾਰੀ ਦੁਨੀਆ ਦਾ ਜਿਹੜੇ ਇੱਥੇ ਭਾਰਤ ਚ ਲੋਕ ਵੱਸਦੇ ਆ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹਨਾਂ ਦਾ ਸੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਹੈ ਚੋਣਾਂ ਦਾ ਮਾਹੌਲ ਹੈ ਲੇਕਿਨ ਇਸ ਤਰ੍ਹਾਂ ਦੀ ਸਿਆਸਤ ਠੀਕ ਨਹੀਂ ਹੈ ਇਹ ਮੇਰੇ ਹਿਸਾਬ ਨਾਲ ਅੱਜ ਇੱਕ ਮੜਾ ਦਿਨ ਸੀ ਜਿਹੜੇ ਬਾਹਰ ਲੋਕ ਦੇਖ ਰਹੇ ਹੋਣਗੇ ਉਹ ਕਹਿਣਗੇ ਤਾਂ ਆਪਣੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਨਹੀਂ ਕਰਵਾ ਸਕਦੇ ਅਗਰ ਕੋਈ ਨਾਰਾਜ਼ ਹੈ ਉਹਨੂੰ ਮਨਾਓ ਅਗਰ ਕੋਈ ਨਾਰਾਜ਼ ਹੈ ਉਹਦੀਆਂ ਗੱਲਾਂ ਸੁਣੋ ਅਗਰ ਕੋਈ ਨਾਰਾਜ਼ ਹੈ ਉਹ ਉਹ ਕਿਸ ਸ਼ਰਤ ਤੇ ਤਿਆਰ ਹੁੰਦਾ ਆਪਣੀ ਨਾਰਾਜ਼ਗੀ ਛੱਡਣ ਨੂੰ ਉਹਨੂੰ ਐਗਰੀ ਕਰੋ ਡੈਮੋਕ੍ਰੇਸੀ ਚ ਇਹ ਕਹਿੰਦੇ ਹਨ ਲੇਕਿਨ ਅਗਰ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਦੇ ਦੌਰੇ ਨੂੰ ਫੁੱਲ ਪ੍ਰੂਫ ਅਰੇਂਜਮੈਂਟ ਦੇ ਨਾਲ ਸਕਸੈਸਫੁਲ ਨਹੀਂ ਬਣਾ ਸਕਦੇ ਤੇ ਫਿਰ ਮੇਰੇ ਤੁਹਾਡੇ ਵਰਗੇ ਤਾਂ ਪੁੱਛੇ ਹੀ ਕਿਨੇ ਇਹ ਵੱਡਾ ਸਵਾਲ ਹੈ पंजाब और पंजाबियत की परछाई अब देखें एबीपी सांझा टाटा स्काई चैनल नंबर 1929 पर एबीपी सांझा देखने के लिए अपने केबल ऑपरेटर से अभी संपर्क करें एबीपी सांझा जोश जज्बा जनु